ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਪੰਜਾਬੀ ਅਪਡੇਟ ਦੇ ਵਿੱਚ ਸੰਗਰੂੜ ਕੋਰਟ ਦੇ ਵਿੱਚ ਨਵੀਂ ਰਿਕਰੂਟਮੈਂਟ ਆਊਟ ਕੀਤੀਆਂ ਗਈਆਂ ਹਨ ਜੀ 8ਵੀਂ ਤੇ 10ਵੀਂ ਦੇ ਤੱਕ ਦੇ ਕੈਂਡੀਡੇਟ ਵੀ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਪ੍ਰੋਸੈਸ ਸਰਵਰ ਪੀਐਨ ਅਤੇ ਸਵੀਪਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ ਜੀ ਸਾਰੀ ਡਿਟੇਲ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਆਪਾਂ ਦੇਣ ਜਾ ਰਹੇ ਹਾਂ ਕਿ ਕਿਹੜੇ ਕਿਹੜੇ ਜਿਹੜੇ ਕੈਂਡੀਡੇਟ ਆ ਉਹ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਠੀਕ ਹੈ ਜੀ ਕਿਵੇਂ ਫਾਰਮ ਨੂੰ ਤੁਸੀਂ ਅਪਲਾਈ ਕਰਨਾ ਹੈ ਜੀ ਠੀਕ ਹੈ ਜੀ ਇਹ ਫਾਰਮ ਅਪਲਾਈ ਕਰਨੇ ਤੁਹਾਡੇ ਲਈ ਬेटर ਹੈ ਜਾਂ ਨਹੀਂ ਸਾਡੀ ਡਿਟੇਲ ਇਨਫੋਰਮੇਸ਼ਨ ਤੁਹਾਨੂੰ ਵੀਡੀਓ ਵਿੱਚ ਦੇਣ ਜਾਣੇ ਇਸ ਕਰਕੇ ਵੀਡੀਓ ਨੂੰ ਬਿਲਕੁਲ ਵੀ ਜਿਹੜਾ ਸਕਿਪਰ ਨਾ ਕਰਿਓ ਅਤੇ ਜਿਹੜੇ ਚੈਨਲ ਉੱਤੇ ਪਹਿਲੀ ਵਾਰ ਆਏ ਹਨ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦੇਣਾ ਤਾਂ ਜੋ ਪੰਜਾਬ ਵਿੱਚ ਜਿਹੜੀ ਵੀ ਨਵੀਂ ਰਿਕਰੂਟਮੈਂਟ ਆਊਟ ਕੀਤੀ ਜਾਂਦੀ ਹੈ ਜੀ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਉਹ ਜਿਹੜੀ ਹੈ ਪਹੁੰਚ ਸਕੇ ਚਲੋ ਚੱਲਦੇ ਹਾਂ ਸਿੱਧਾ ਨੋਟੀਫਿਕੇਸ਼ਨ ਦੇ ਵੱਲ ਜੀ ਤੇ ਤੇ ਦੇ ਇਸ ਦਿਨ ਦਾ ਡਿਸਟ੍ਰਿਕਟ ਸੈਸ਼ਨ ਜੱਜ ਸੰਗਰੂਰ ਵੱਲੋਂ ਪੋਸਟਾਂ ਆਊਟ ਕੀਤੇ ਗਿਆ ਹਨ ਜੀ ਜਿਹਦੇ ਵਿੱਚ ਤੁਸੀਂ ਸਵੀਪਰ ਪ੍ਰੋਸੈਸ ਸਰਵਰ ਅਤੇ ਪੀਐਨ ਦੀਆਂ ਪੋਸਟਾਂ ਕੱਢੀਆਂ ਗਿਆ ਹਨ ਜੀ ਇਹ ਜਿਹੜੇ ਫਾਰਮ ਹਨ ਤੁਸੀਂ 7 ਨਵੰਬਰ ਤੱਕ ਅਪਲਾਈ ਕਰ ਸਕਦੇ ਹੋ ਜੀ ਸ਼ਾਮ ਨੂੰ 5 ਵਜੇ ਤੱਕ ਕਿਵੇਂ ਤੁਸੀਂ ਫਾਰਮ ਅਪਲਾਈ ਕਰਨੇ ਹਨ ਜੀ ਸਾਰੀ ਡਿਟੇਲ ਇਨਫੋਰਮੇਸ਼ਨ ਦੇ ਜਾਂ ਰਹੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਪੋਸਟਾਂ ਦੀ ਤੇ ਇਹਦੇ ਵਿੱਚ ਪ੍ਰੋਸੈਸ ਸਰਵਰ ਚ ਟੋਟਲ 3 ਪੋਸਟਾਂ ਆਊਟ ਕੀਤੀਆਂ ਗਿਆ ਹਨ ਜੀ ਜਿਹਦੇ ਵਿੱਚ ਇੱਕ ਐਸਸੀ ਦੀ ਇੱਕ ਈਡਬਲਯੂਐਸਡੀ ਤੇ ਇੱਕ ਜਨਰਲ ਦੀ ਪੋਸਟ ਆਊਟ ਕੀਤੀ ਗਈ ਹੈ ਜੀ ਪੇ ਐਸ ਪਰ ਰੂਲ ਨੂੰ ਦਿੱਤਾ ਜਾਏਗਾ ਪੰਜਾਬੀ ਤੁਹਾਨੂੰ ਆਣੀ ਚਾਹੀਦੀ ਹੈ ਜੀ 18 ਤੋਂ 35 ਸਾਲ ਦੇ ਜਿਹੜੇ ਕੈਂਡੀਡੇਟ ਉਹ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਉਸ ਤੋਂ ਬਾਅਦ ਪੀਐਨ ਦੀ ਗੱਲ ਕੀਤੀ ਹੈ ਤੇ ਟੋਟਲ ਚਾਰ ਪੋਸਟਾਂ ਆਊਟ ਕੀਤੀ ਗਈਆਂ ਹਨ ਜੀ ਜਿਹਦੇ ਵਿੱਚ ਇੱਕ ਹੈਂਡੀਕੈਪ ਦੀ ਹੈ ਜੀ ਤੇ ਦੋ ਐਸਐਮ ਦੀਆਂ ਤੇ ਦੋ ਐਰਬੀਸੀ ਤੇ ਬੀਸੀ ਦੀਆਂ ਜੀ ਕੱਢੀ ਗਈਆਂ ਹਨ ਜੀ ਇਹਦੇ ਵਿੱਚ ਜਿਹੜੀ ਸੈਲਰੀ ਦਾ ਡੀਏ ਅਸ ਪਰ ਰੂਲ ਲੈਣ ਵਾਲੀ ਹੈ ਪੰਜਾਬੀ ਤੁਹਾਨੂੰ ਆਣੀ ਚਾਹੀਦੀ ਹੈ ਜੀ ਠੀਕ ਹੈ ਜੀ ਤਾਂ ਇਹਦੇ ਵਿੱਚ ਦਸਵੀਂ ਤੱਕ ਕਲਾਸ ਤੱਕ ਮੰਗੀ ਗਈ ਹੈ ਜੀ ਜਿਹੜੇ 18 ਤੋਂ 35 ਸਾਲ ਦੇ ਜਿਹੜੇ ਕੈਂਡੀਡੇਟ ਹਨ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਉਸ ਤੋਂ ਬਾਅਦ ਪੀਪਰ ਦੀ ਲੋ ਇੱਕ ਪੋਸਟ ਕੱਢੀ ਗਈ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਤੁਹਾਡੇ ਕੋਲ ਜਿਹੜੀ ਆ ਉਹ ਮੀਡਲ ਸਟੈਂਡਰਡ ਕਲਾਸ 8ਵੀਂ ਕਲਾਸ ਮੰਗੀ ਗਈ ਹੈ ਜਿੱਤੇ 18 ਤੋਂ 35 ਸਾਲ ਦੇ ਕੈਂਡੀਡੇਟ ਜਿਹੜੇ ਉਹ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਪਰਫਾਰਮਰ ਇਹਨਾਂ ਨੇ ਥੱਲੇ ਦਿੱਤਾ ਹੋਇਆ ਹੈ ਜੀ ਇਹ ਪਰਫਾਰਮਰ ਤੁਸੀਂ ਡਾਊਨਲੋਡ ਕਰਕੇ ਇੱਥੇ ਆਪਣੀ ਫੋਟੋ ਲਗਾਨੀ ਹੈ ਨੇਮ ਫਾਦਰ ਨੇਮ ਡੇਟ ਆਫ ਬਰਥ ਏਜ ਕੁਆਲੀਫਿਕੇਸ਼ਨ ਕੈਟੇਗਰੀ ਜੋ ਵੀ ਤੁਹਾਡੀ ਹੈ ਦੀ ਐਡਰੈਸ ਲਿਖ ਕੇ ਥੱਲੇ ਇੰਡੀਅਨ ਲਿਖ ਕੇ ਐਕਸਪੀਰੀਐਂਸ ਹੈ ਤੇ ਲਿਖ ਦਿਓ ਅਦਰਵਾਈਜ਼ ਇਨੋ ਥੱਲੇ ਫੋਨ ਨੰਬਰ ਲਿਖ ਕੇ ਸਾਈਨ ਕਰਕੇ ਇਹ ਜਿਹੜਾ ਫਾਰਮ ਹੈ ਤੁਸੀਂ ਇਹ ਜਿਹੜਾ ਕੋਰੀਅਰ ਕਰਨਾ ਹੋ ਦ ਅ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜੱਜ ਜੇ ਸੰਗਰੂਰ ਐਸੇ ਪਤੇ ਉਤੇ ਜਿਹੜਾ ਤੁਸੀਂ ਫਾਰਮ ਹੈ ਜਿਹੜੇ ਇਹ ਕੋਰੀਅਰ ਕਰਨੇ ਹੋਣਗੇ ਜਾਂ ਤੁਸੀਂ ਡਾਇਰੈਕਟ ਜਾ ਕੇ ਵੀ ਜਿਹੜੇ ਫਾਰਮ ਹੈ ਉਹ ਜਮ੍ਹਾਂ ਕਰਵਾ ਸਕਦੇ ਹੋ ਜਿਸ ਸੰਗਰੂਰ ਸੋ ਅੰਗਰੂਡ ਕੋਡ ਦੇ ਵਿੱਚ ਇਹਦੇ ਵਿੱਚ ਤੁਹਾਡੀ ਜਿਹੜੀ ਇੰਟਰਵਿਊ ਆ ਉਹ ਪ੍ਰੋਸੈਸਰ ਦੀ 16 17 ਤੇ 18 ਤਰੀਕ ਨੂੰ ਹੋਏਗੀ ਜੀ ਠੀਕ ਹੈ ਜੀ ਇੱਥੇ ਅਲਫਾ ਆਪਣੇ ਨੇਮ ਵਾਈਸ ਜਿਹੜਾ ਵੀ ਤੁਹਾਡੇ ਅੱਖਰ ਤੋਂ ਨੇਮ ਆਂਦਾ ਹੈ ਜੀ ਉਸ ਤੁਸੀਂ ਦੇਖ ਕੇ ਆਪਣੇ ਜਿਹੜਾ ਵੀ ਦਿਨਾਂ ਦਾ ਉਸ ਨੂੰ ਜਾ ਕੇ ਤੁਸੀਂ ਆਪਣੇ ਇੰਟਰਵਿਊ ਦੇ ਸਕਦੇ ਹੋ ਜੀ ਉਸ ਤੋਂ ਬਾਅਦ ਪੀਐਨ ਦੀਆਂ ਜਿਹੜੀਆਂ 19 21 ਤੇ 22 ਤਰੀਕ ਨੂੰ ਜਿਹੜਾ ਹੋਵੇਗਾ ਉਸ ਤੋਂ ਬਾਅਦ ਸਵੀਪਰ ਦੀਆਂ ਜਿਹੜੀਆਂ ਉਹ 23 ਤਰੀਕ ਨੂੰ ਜਿਹੜੀ ਇੰਟਰਵਿਊ ਕੰਡਕਟ ਕਰਵਾਈ ਜਾਏਗੀ ਜੀ ਐਜੇ ਦੇ ਫਾਰਮ ਆ ਤੁਸੀਂ 7 ਤਰੀਕ ਤੱਕ ਜਿਹੜੇ ਆ ਉਹ ਅਪਲਾਈ ਕਰਨੇ ਹੈ ਜੀ ਠੀਕ ਹੈ ਜੀ ਇਹ ਹੀ ਸੀ ਅੱਜ ਦੀ ਵੀਡੀਓ ਵਿੱਚ ਆਈ ਹੋਪ ਕਿ ਤੁਹਾਨੂੰ ਸਾਰੀ ਸਮਝੇ ਲੱਗੀ ਹੋਏਗੀ ਜੀ ਕਾਫੀ ਵਧੀਆ ਮੌਕਾ ਹੈ ਜਿਹੜੇ 8ਵੀਂ ਕਲਾਸ ਤੱਕ ਦੇ ਜਿਹੜੇ ਕੈਂਡੀਡੇਟ ਹਨ ਜੀ ਉਹ ਵੀ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਮਿਲਦੇ ਆ ਨਵੀਂ ਹੋਰ ਰਿਕਰੂਟਮੈਂਟ ਅਪਡੇਟ ਦੇ ਨਾਲ ਤਦ ਤੱਕ ਲਈ ਸਸੀ ਕਾਲ ਜੀ